आ देख लो ओ इनू रहन दे मुंडा मारना मैं ना ए बटन जड़े है हां ए थोड़े मेदे वास्ते बड़े मुजर्रब आ ए मैं पैंट शर्ट पा के अपने मां-प्यो नु मिल लवा अरे मैं बचणा के नहीं बचणा नहीं तू बचणा वा तू बात सही तेनु असि एक पैंट भी देंगे केड़ी नलाउन तो पहले तेनु पाणगे पैंट शर्ट पाउनी केड़ा औखी है सानू यानी बंदे का मूह नाम ही हो पेंट शर्ट पा सकता सलाम अलैकुम जी वालेकुम सलाम पेंट शर्ट लैनी भाई जी बिस्मिल्लाह जी विआह ते जाना वा अच्छा जी उत्थे रिश्तेदारां दे जिन्ने भी साडे मुंडे आ ना कजन कुजन सारिआं ने पैंटां शर्टां पाउणियां ते मैनू तुसी पेंट ऐसी देनी है ऐसी पेंट शर्ट देनी है कि मैं सारिआं तो लैदा लगा भाई असी थानू चीज देंगे एक नंबर ब्रांडेड सारे ब्याज तू फिरदा टुरदा लैदा नजर आएगा हाँ बस पता लगना चाहिए वा कि सारे रिश्तेदार ना मैनू वेखी जान लाड़े अल भी ना वेखण कहना इनू हब्बी है इदा दी कोई मैनू पेंट शर्ट कढ के दिओ मैनू जिगर दा मसला तो नहीं थोनू कोई पता नहीं धुप धुप पैण दे शायद तां ना हो गया धुप्पां नाल मसले बन जांदे आ ए इहनू ओ दिखा शर्ट पुत्र ओ छवंजा नंबर ਭਾਈ ਕੋਈ ਵਧੀਆ ਜੀ ਸ਼ੈ ਵਿਖਾਓ ਆ ਤੇ ਤੁਸੀਂ ਵਧੀਆ ਦੇਖੋ ਨਾ ਜੀ ਇਦਾਂ ਦੇ ਸਾਡੇ ਘਰਾਂ 'ਚ ਪਾਉਣੇ ਆ ਅਸੀਂ ਜਿਹਨਾਂ 'ਚ ਰੋਟੀਆਂ ਲਪੇਟੀ ਦੀਆਂ ਵਾ ਕੋਈ ਸਾਨੂੰ ਦਿਲ ਤੇਰਾ ਕਾਲਾ ਪਿਆ ਪਿਲਾਹੜ ਜਿਹੀ ਆ ਤੇਰੇ ਡੇਲਿਆਂ 'ਚ ਇਹਨੂੰ ਨਾ ਉਹ ਦੂਸਰੀ ਪੈਂਟ ਕੱਢ ਕੇ ਦਿਓ ਨੀਲੇ ਰੰਗ ਦੀ ਇਹ ਦੇਖੋ ਜੀ ਅੱਖਾਂ ਪੀਲੀਆਂ ਹੁਣ ਤੇ ਫੇਰ ਆ ਪੈਂਟ ਸਜਦੀ ਆ ਨਾਲ ਮੈਂ ਕਹਿੰਦਾ ਕਿ ਪੂਰੀ ਜੰਜ ਤੈਨੂੰ ਗੌਰ ਨਾਲ ਦੇਖੇ ਲਾੜੇ ਨਾਲੋਂ ਤੂੰ ਡਿਫਰੈਂਟ ਨਜ਼ਰ ਆਵੇਂ ਹਾਂਜੀ ਤੂੰ ਆਲੂ ਬੁਖਾਰਾ ਇਮਲੀ ਲੈ ਕੇ ਨਾ ਪਾਈਆ ਪਾਈਆ ਇਹਦੇ ਕਰਨੇ ਆ 7 ਦਿਨ ਉਹਨੂੰ ਕੱਚੇ ਭਾਂਡੇ 'ਚ ਪਾ ਕੇ ਉਹਨੂੰ ਭਿਉਂਦੇ ਠੀਕ ਆ ਜੀ ਸਵੇਰੇ ਉਹਨੂੰ ਮਲ ਕੇ ਅੱਛੀ ਤਰ੍ਹਾਂ ਹਾਂਜੀ ਸਵੇਰੇ ਉੱਠ ਕੇ ਉਹਨੂੰ ਕਬਰ ਛਾਣ ਕਰ ਹਾਂ ਡੋਲ ਕੇ 2 ਗਲਾਸ ਤੂੰ ਲੱਸੀ ਦੇ ਪੀਣੇ ਕੱਚੀ ਦੇ ਉਹ ਜਿਹੜਾ ਉਹ ਭਿਉਂਆ ਵਾ ਜਿਸ ਤੇ ਮਿਹਨਤ ਕੀਤੀ ਆ ਉਹਦਾ ਕਰਨਾ ਮੁੜ ਕੇ ਉਹ ਤੇਰੇ ਨਾਖੁਨਾਂ ਵਿੱਚ ਜਿਹੜੀ ਗਰਮੀ ਆ ਨਾ ਜੀ ਉਹ ਆਲੂ ਬੁਖਾਰਾ ਇਮਲੀ ਨੇ ਕੱਢ ਦੇਣੀ ਆ 2 ਗਲਾਸ ਜੋ ਤੂੰ ਲੱਸੀ ਦੇ ਪੀਣੇ ਆ ਤੂੰ ਪੂਰੀ ਜੰਜ 'ਚ ਫਿਰਦਾ ਸੋਹਣਾ ਲੱਗੇਗਾ ਮੈਂ 2 ਵਜੇ ਜਾਣਾ ਹੋਟਲ 'ਚ ਵਿਆਹ ਵਾ ਉਹ ਤੇ ਰਾਤ ਨੂੰ ਭਿਉਣਾ ਤੇ ਉੱਥੇ ਸਵੇਰੇ ਕਿਤੇ ਹੋਣਾ ਵਾ ਮੈਂ 2 ਵਜੇ ਪਹੁੰਚਣਾ ਵਾ ਮਸਲਾ ਬਣਦਾ ਫਿਰ ਇਸ ਤਰ੍ਹਾਂ ਵਲੀਮਾ ਵਾ ਅੱਜ ਟਾਈਮ ਸ਼ਾਰਟ ਆ ਇਹ ਸੇਬ ਦਾ ਮੁਰੱਬਾ ਤੇ ਮਿਲ ਜਾਣਾ ਰਾਹ 'ਚੋਂ ਹਾਂਜੀ ਟਾਈਮ ਥੋੜ੍ਹਾ ਸੇਬ ਦਾ ਮੁਰੱਬਾ ਅੱਧਾ ਕਿਲੋ ਤੂੰ ਲੈ ਸੇਬ ਦਾ ਮੁਰੱਬਾ ਠੀਕ ਆ ਜੀ ਉਹਦੇ ਨਾਲ ਤੈਨੂੰ ਸ਼ਰਟ ਆ ਦੇਖ ਤਾਂ ਹਾਂਜੀ ਇਹ ਸੇਬ ਦੇ ਮੁਰੱਬੇ ਦੇ ਨਾਲ ਇਹ ਸੇਬ ਦੇ ਮੁਰੱਬੇ ਦੇ ਨਾਲ ਤੈਨੂੰ ਇਸ ਤਰ੍ਹਾਂ ਬਈ ਪੂਰੀ ਜੰਜ ਤੇਰੇ ਵੱਲੋਂ ਗੌਰ ਗੌਰ ਨਾਲ ਦੇਖੂਗੀ ਸੇਬ ਦੇ ਮੁਰੱਬੇ ਨੂੰ ਕੀ ਕਰਨਾ ਇਹਦੇ ਨਾਲ ਸੇਬ ਦਾ ਮੁਰੱਬਾ ਤੂੰ ਲੈਣਾ ਅੱਧਾ ਕਿਲੋ ਹਾਂਜੀ ਉਹ ਤੇ ਮਲਣਾ ਵਾ ਵੀ ਮੇਰੇ ਤੇ ਮੱਖੀਆਂ ਫਿਰਨ ਤੇ ਸਾਰੀ ਜੰਜ ਮੇਰੇ ਵਾਲੀ ਵੇਖੀ ਜਾਵੇ ਬਈ ਅਸਲ ਦੇ ਵਿੱਚ ਮੇਰਾ ਜਿਹੜਾ ਮਕਸਦ ਆ ਨਾ ਕਿ ਤੂੰ ਪੂਰੀ ਜੰਜ ਤੋਂ ਸਾਰਿਆਂ ਤੋਂ ਲਹਿਦਾ ਨਜ਼ਰ ਆਵੇਂ ਉਹ ਭਾਈ ਮੈਂ ਕਿੱਥੇ ਸੇਬ ਦੇ ਮੁਰੱਬੇ ਲੱਭਦਾ ਫਿਰਾਂਗਾ ਯਾਰ ਮੈਨੂੰ ਕੋਈ ਪੈਂਟ ਸ਼ਰਟ ਜਿੱਦਾਂ ਦਾ ਮੈਂ ਹੈਗਾ ਵਾਂ ਮੈਨੂੰ ਬਸ ਸੱਜੇ ਲੋਕੀ ਕਹਿਣ ਵੀ ਫੱਬੀ ਆ ਪੈਂਟ ਸ਼ਰਟ ਇਹ ਮੈਨੂੰ ਕਿਸੇ ਚੰਗੇ ਖਾਨਦਾਨ ਦਾ ਲੱਗਦਾ ਬਿਲਕੁਲ ਇਹਨੂੰ ਕੱਪੜਾ ਲੱਤਾ ਪਾਇਆ ਵੀ ਸੋਹਣਾ ਲੱਗੇ ਕੋਈ ਸਿਹਤਮੰਦ ਜੀ ਸ਼ਰਟ ਵਿਖਾ ਮੈਨੂੰ ਭੈਣ ਆਪਣੀ ਮਰਜ਼ੀ ਨਾਲ ਦੇਖ ਲਾ ਆਪਣੀ ਮਰਜ਼ੀ ਨਾਲ ਦੇਖ ਲਾ ਯਾਰ ਤੂੰ ਕਿਹਾ ਸਾਡੀ ਜਦੋਂ ਤੂੰ ਮੰਨਣਾ ਹੀ ਨਹੀਂ ਉਂਝ ਤੂੰ ਕਹਿ ਰਿਹਾ ਮੈਂ ਪੂਰੀ ਜੱਜ ਚੋਂ ਲਹਿਦਾ ਨਜ਼ਰ ਆਵਾਂ ਫਿਰ ਜਿਹੜੀ ਤੈਨੂੰ ਦੁਕਾਨਦਾਰ ਕਹਿ ਰਿਹਾ ਉਹ ਸ਼ਰਟ ਪਾ ਕੇ ਦੇਖ ਲਾ ਉਹ ਯਾਰ ਭਾਈ ਤੂੰ ਪੈਂਟ ਸ਼ਰਟ ਦੇ ਤੂੰ ਨਾਲ ਮੇਰੇ 'ਚ 250 ਬਿਮਾਰੀਆਂ ਪਾਤੀਆਂ ਵਾ ਮੈਨੂੰ ਆਪ ਨਹੀਂ ਸਮਝ ਆਉਂਦਾ ਕਿ ਮੇਰੇ 'ਚ ਇੰਨੀਆਂ ਬਿਮਾਰੀਆਂ ਹੈ ਵਾ ਮੈਂ ਜਿੰਦਾ ਕਿੱਦਾਂ ਫਿਰਨ ਦੇ ਆ ਤੂੰ ਮੈਨੂੰ ਉਹ 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 ਸ਼ਰਟ ਤੇਰੇ ਕੋਲ ਹੈਗੀ ਜਿਹੜੀ ਮੈਨੂੰ ਮਰਨ ਤੋਂ ਬਾਅਦ ਵੀ ਸੱਜੇ ਐਸੀ ਪੈਂਟ ਸ਼ਰਟ ਹੈ ਵਾ ਰੋਟੀ ਖਾ ਕੇ ਤੇਰੇ ਜਲਨ ਹੁੰਦੀ ਹੈ ਮੇਦੇ ਨਾਲ ਅੰਦਰ 'ਚ ਹਾਂ ਹਾਂ ਹੁੰਦੀ ਹੈ ਯਾਰ ਜਲਨ ਤੇ ਬਹੁਤ ਹੁੰਦੀ ਸਬਜ਼ ਰੰਗ ਦੀ ਸ਼ਰਟ ਦਿਖਾ ਇਹਨੂੰ ਭਾਈ ਅਸੀਂ ਅੱਲਾ ਦੀ ਰਹਿਮਤ ਨਾਲ ਗਾਹਕ ਨਾਲ ਪਿਆਰ ਕਰਦੇ ਹਾਂ ਅਸੀਂ ਵੀ ਮਰਨਾ ਹਾਂ ਹਾਂ ਚਲੋ ਜੀ
दो आ गई आ तो होगी जलन वाली बहुते साड़ पवे तो आ पानी गल ओ कर जिद ना तू ब्याह जल्दी चल जमे किन्नी देर आगी जान जाऊं चे मिनते मेनू लगन दे मेरे थोड़ी देरी है उते जान चे आ देख लो ओ इनू रहन दे मुंडा मारना दिमाग नहीं तेरा काम करदा रख दे काका इत्थे आ तू फड़ी आ शर्ट आ तेरे पट्ठे सुन होण लग गए इनू रख दे उत्थे इहदे अगे भी कोई शर्ट पा दे भरा ये तू शर्टे आखरत लई फिरन दे आ इधर आ आ देख पैंट शर्ट जिन्नू भी विखांदे आ ओ च सारा ये बीमारियां होंदियां ओनू असी अपने आप नू मरना जिहन च रख के दिमाग च रख के गाहक नू फेर सौदा देईदा साडी इत्थे मौत हो जावे असी किहदी मार मासी कहना आ देख पैंट शर्ट दे दे बंदा जींदा रहे पैंट शर्ट नाम ही पावे ते गैर तेरे पैर दी तलियां सेक निकलदा बहुत निकलदा अपरे रख अपरे रख इहनू दिखा भी ना परे रख दे किन्नी वेस्ट है पता नहीं उदों दा ते मेरा टाइम ही वेस्ट होया वा बाहरे कर मैं वेस्ट चेक करानी आ वेस्ट तेरी 34 है ਇਥੋਂ ਕਿਹੜੀ ਨਾਲ ਨਾਲ ਲਿਖਿਆ 34 ਕਿੱਦਾਂ ਪਤਾ ਸਾਰੀ ਜ਼ਿੰਦਗੀ ਅਸੀਂ ਦੁਕਾਨਦਾਰੀ ਕੀਤੀ ਆ ਅਸੀਂ ਕੋਈ ਛੋਲੇ ਨਹੀਂ ਵੇਚੇ ਹਾਂਜੀ ਦੁਕਾਨਦਾਰੀਆਂ ਨਾਲ ਸਾਡੇ ਵਾਲ ਕਾਲੇ ਦੁਕਾਨਦਾਰੀਆਂ ਨਾਲ ਹੋਏ ਆ ਅਸੀਂ ਉਦੋਂ ਨਹੀਂ ਰੰਗ ਨਹੀਂ ਲਵਾਇਆ ਅੱਛਾ ਜੀ ਤੇ ਉਹ 34 ਵੇਸਟ ਦੀ ਕੋਈ ਪੈਂਟ ਦਿਓ ਫਿਰ 34 ਵੇਸਟ ਦੀ ਵਿਆਹ ਤੇ ਜਾਣਾ ਸਾਰਿਆਂ ਤੋਂ ਲੈਦਾ ਲੱਗਾ ਕੋ ਤੇਰਾ ਛੋਟਾ ਭਰਾ ਪੜ੍ਹਿਆ ਲਿਖਿਆ ਵੀ ਆ ਹਾਂਜੀ ਹਾਂਜੀ ਇੱਕ ਪੜ੍ਹਿਆ ਮਿੰਟ ਗੱਲ ਸੁਣ ਹਾਂਜੀ ਜੋਗੀਆ ਕਲਰ ਦੀ ਕੱਢ ਆ ਦੇਖੋ ਜੀ ਆ ਜੋਗੀਆ ਹਾਂਜੀ ਇਹਨੂੰ ਕਿੰਨੀਆਂ ਬਿਮਾਰੀਆਂ ਜਿਹੜਾ ਇਹਨੂੰ ਜੋਗੀਆ ਕਹਿਣ ਦੇ ਆ ਜਿਹਨੂੰ ਮੈਂ ਜੋਗੀਆ ਕਹਿਣਾ ਇਹਨੇ ਜੋਗੀਆ ਉਹਨੂੰ ਕਹਿਣਾ ਬਿਮਾਰੀ ਇਹਨੂੰ ਅੱਗ ਮੈਨੂੰ ਆ ਉਹ ਤੇਰਾ ਦਿਮਾਗ ਕੰਮ ਕਰਦਾ ਕਿ ਨਹੀਂ ਨਹੀਂ ਹੁਣ ਕਰੇਗਾ ਕਰੇਗਾ ਹੁਣ ਅੱਛਾ ਆ ਜੋਗੀਆ ਆ ਜੋਗੀਆ ਜੁਮੇ ਵਾਲੇ ਦਿਨ ਤੇਰੇ ਕੋਲ 100-200 ਹੁੰਦਾ ਇਹ ਮੇਰੇ ਜੋਗੀਆ ਹੀ ਆ ਜੁਮੇ ਵਾਲੇ ਦਿਨ ਤੇਰੇ ਕੋਲ 100-200 ਹੁੰਦਾ ਹੁੰਦਾ ਵਾ ਅੰਮ੍ਰਿਤਧਾਰੀ ਕਲਰ ਕੱਢ ਇਹਨੂੰ ਕੀ ਨਾਲ ਸਦਕਾ ਲੈਂਦੇ ਨਾਲ ਸਦਕਾ ਲੈਂਦੇ ਹੋ ਵੀ 100-200 ਸਦਕੇ ਵਾਲੀ ਕਾਕਾ ਕੋਈ ਗੱਲ ਨਹੀਂ ਇਹਦੇ ਵਿੱਚ ਨੋਟ ਪਾਏ ਸੋਹਣੇ ਲੱਗਦੇ ਆ ਅੱਛਾ ਇਹ ਚੋਂ ਦਿਸਦੇ ਆ ਕਿ ਅੱਗੋਂ ਪਾੜਨੀ ਪਏਗੀ ਮਹਿੰਗੀ ਪੈਂਟਾਂ ਪਾੜ ਕੇ ਤੂੰ ਕਿੱਥੇ ਖੱਜਲ ਹੁੰਦਾ ਫਿਰੇਗਾ ਆਹ ਮੈਨੂੰ ਪੂਰੀ ਨਹੀਂ ਇਹ ਪਹੁੰਚੇ ਤੈਨੂੰ ਥੋੜ੍ਹੇ ਸਹੀ ਕਰਾ ਕੇ ਦਿੰਦੇ ਆ ਅੱਛਾ ਇਹਦੇ ਨਾਲ ਸ਼ਰਟ ਕਿਹੜੀ ਅਤੇ ਬਿਮਾਰੀ ਕਿਹੜੀ ਬਿਮਾਰੀਆਂ ਦਾ ਕੋਈ ਅਮਲ ਦਖਲ ਨਹੀਂ ਇਹ ਦੁਕਾਨ ਆ ਸਾਡੀ ਗਾਰਮੈਂਟਸ ਦੀ ਇਹ ਹਕੀਮ ਦੀ ਦੁਕਾਨ ਨਹੀਂ ਪੈਂਟ ਸਿੱਧੀ ਨਹੀਂ ਲੱਗਣ ਦੀ ਮੈਨੂੰ ਇੱਥੇ ਥੋੜ੍ਹਾ ਜਿਹਾ ਵਾਲ ਆਇਆ ਸੀ ਹੁਣ ਦੇਖ ਤਾਂ ਆਹੋ ਅੱਗੇ ਉਹ ਜਾ ਕੇ ਤੰਗ ਕਿਉਂ ਹੋਣ ਦੇ ਹੀ ਆ ਇਹਦੇ ਹਾਲਾਤ ਠੀਕ ਨਹੀਂ ਪੈਂਟ ਦੇ ਆ ਤੇਰੀ ਪੁਤਲੀ ਪੈਣ ਵਾਲੀ ਆਖਦੀ ਪੁਤਲੀ ਦੀ ਵਜ੍ਹਾ ਨਾਲ ਸੁਣ ਡਾਕਟਰ ਕੋਲ ਜਾਏਗਾ ਤੇਰੇ ਪੈਸੇ ਲੱਗਣਗੇ ਹਾਂ ਉਹਨੂੰ ਕਹੋ ਅੱਛਾ ਜਿਹਾ ਸੁਰਮਾ ਦੇ ਦੇ ਵਿੱਚ ਥੋੜ੍ਹਾ ਜਿਹਾ ਉਹਦੇ ਵਿੱਚ ਸੈਂਖੀਆ ਪਾ ਲਾ ਉਹਦੇ ਨਾਲ ਇਹ ਤੇਰੀ ਅਲਾਈਨਮੈਂਟ ਦਰੁਸਤ ਹੋ ਜਾਏਗੀ ਠੀਕ ਇਹਦੇ ਨਾਲ ਸ਼ਰਟ ਕਿਹੜੀ ਸ਼ਰਟ ਨੂੰ ਦੇ ਆਪਣਾ ਜੈਡ ਵਾਟ ਕਲਰ ਉਹ ਕਿਹੜਾ ਹੈ ਜੀ ਅਤੇ ਫੁੱਟਬਾਲ ਵੀ ਬਣੇ ਹੋਏ ਆ ਤੁਸੀਂ ਆਪਣੇ ਨਿਆਣੇ ਵੀ ਖਿਲਾ ਸਕਦੇ ਆ ਇਹ 'ਚੋਂ ਇੱਕ ਦੋ ਫੁੱਟਬਾਲ ਕੱਢੇ ਉਹ ਮੇਰਾ ਵਿਆਹ ਹੀ ਨਹੀਂ ਹੋਇਆ ਮੈਂ ਨਿਆਣੇ ਕਿੱਥੇ ਖਿਲਾਉਣੇ ਭਾਣਜੇ ਭਤੀਜੇ ਹੈ ਕਿ ਨਹੀਂ ਆਹੋ ਹੈਗੇ ਆ ਉਹਨਾਂ ਨੂੰ ਅਸੀਂ ਨਹੀਂ ਮੂੰਹ ਲਾਉਂਦੇ ਉਹ ਸਾਨੂੰ ਨਹੀਂ ਬੁਲਾਉਂਦੇ ਅਸੀਂ ਉਹਨਾਂ ਨੂੰ ਨਹੀਂ ਬੁਲਾਉਂਦੇ ਸ਼ਰਟ ਹੋਰ ਵਿਖਾ ਯਾਰ ਦਫਾ ਕਰੋ ਜੀ ਤੁਸੀਂ ਇਸ ਤਰ੍ਹਾਂ ਕਰੋ ਵਸੀਮ ਆਹ ਸ਼ਰਟ ਕੱਢ ਆਹ ਸ਼ਰਟ ਪਾ ਕੇ ਜਦੋਂ ਤੂੰ ਇੰਝ ਬਰਾਹ 'ਚ ਫਿਰੇਗਾ ਨਾ ਤੂੰ ਕਹੇਗਾ ਨਹੀਂ ਬਾਈ ਮੇਰਾ ਜਿਗਰ ਠੀਕ ਹੋ ਗਿਆ ਇਹ ਕਾਲਰ ਦੀ ਜਿਹੜੀ ਕੈਫੀਅਤ ਆ ਨਾ ਇਹਨੇ ਸਭ ਤੋਂ ਪਹਿਲੇ ਤੁਹਾਡਾ ਜਿਗਰ ਠੀਕ ਕਰਨਾ ਮੈਂ ਨਾ ਇਹ ਬਟਨ ਜਿਹੜੇ ਆ ਹਾਂ ਇਹ ਤੁਹਾਡੇ ਮੇਦੇ ਵਾਸਤੇ ਬੜੇ ਮੁਜਰਬ ਆ ਇਹ ਜਦੋਂ ਤੁਹਾਡੀ ਸਾਹ ਵਾਲੀ ਨਾਲੀ ਦੇ ਬਟਨ ਆ ਨਾ ਇਹ ਦੇਖੋ ਇਹਨਾਂ ਤੁਹਾਡੇ ਹੱਥ ਪੈਰ ਜਿਹੜੇ ਸੁੰਨ ਹੁੰਦੇ ਆ ਉਹ ਖਤਮ ਹੋ ਜਾਣਗੇ ਆਹ ਸ਼ਰਟ ਤੁਹਾਡੇ ਵਾਸਤੇ ਦਰੁਸਤ ਆ ਹਾਂ ਇਹ ਮੈਂ ਬਰਾਤ ਤੇ ਪਾ ਕੇ ਫਿਰਾਂਗਾ ਇਹ ਬਰਾਤ ਤੇ ਪਾ ਕੇ ਫਿਰਨੀ ਆ ਇਹ ਰੱਖ ਦੇ ਉੱਥੇ ਮੈਂ ਵਲੀਮੇ ਤੇ ਜਾਣਾ ਵਾ ਭਾਈ 2 ਵਜੇ ਵਲੀਮਾ ਵਾ ਉੱਥੇ ਜਾਣਾ ਵਾ 2 ਵਜੇ ਵਾਲੀ ਸ਼ਰਟ ਜਲਨ ਹੋਣੀ ਆ ਰੋਟੀ ਉੱਥੇ ਮੈਂ ਖਾਣੀ ਜਲਨ ਦੇ ਹਿਸਾਬ ਨਾਲ ਟੁੱਟੇ ਕਲਰ ਕੱਢੋ ਜੀ ਮੇਰੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀ ਜਲਨ ਹੋਣੀ ਆ ਜਦੋਂ ਮੈਂ ਪੈਂਟ ਸ਼ਰਟ ਪਾਉਣੀ ਆ ਨਹੀਂ ਨਹੀਂ ਉਹਦਾ ਨਾਲ ਮੈਂ ਤੁਹਾਨੂੰ ਦੱਸਦਾ ਨਾ ਇਹ ਦੇਖੋ ਜੀ ਇਹ ਵਲੀਮੀ ਸ਼ਰਟ ਆ
ਇਹ ਸ਼ਰਟ ਕੱਢੀ ਹੈ। ਹਾਂਜੀ ਮੈਨੂੰ ਕਿਉਂ ਲੱਗਣ ਦਿਆ ਜਿਹੜੀਆਂ ਤੁਸੀਂ ਜਲਦਾਂ ਕੱਢ ਰਹੇ ਹੋ ਇਹ ਕੱਢਣ ਨੂੰ ਫਿਰਨ ਦੇ ਹੋ? ਨਹੀਂ ਨਹੀਂ ਅਸੀਂ ਕੋਈ ਗੱਲ ਨਹੀਂ, ਸਾਡੀਆਂ ਸ਼ਰਟਾਂ ਨਿਕਲ ਜਾਣੀਆਂ ਕਿਉਂਕਿ ਸਾਡੀ ਦੁਕਾਨ ਇਸ ਟਾਈਮ ਮੇਨ ਤੇ ਆ। ਹਾਂ ਕਸਟਮਰ ਆਉਂਦਾ। ਮੈਨੂੰ ਮੇਨ ਬਿਮਾਰੀ ਕਿਹੜੀ ਆ ਉਹ ਮੈਨੂੰ ਦੱਸ ਦਿਓ। ਤੁਹਾਨੂੰ ਜਿਗਰ ਦੀ ਹੈ? ਹਾਂਜੀ। ਤੁਹਾਨੂੰ ਮੇਦੇ ਦੀ ਆ, ਆਂਤਲੀਆਂ ਤੁਹਾਡੇ ਸੋਜ਼ਿਸ਼ ਆ। ਹਾਂ ਇਹ ਉਹਦੇ ਵਾਸਤੇ ਬਿਹਤਰੀਨ ਸ਼ਰਟ ਆ। ਦੇਖੋ ਨਾ ਇਹ ਕਫ ਜਦੋਂ ਤੁਸੀਂ ਪਾ ਕੇ ਇੰਜ ਕਰਕੇ ਬਰਾਤ 'ਚ ਜਾਓਗੇ, ਹਰ ਅੱਛੀ ਸਬਜ਼ੀ ਹਰ ਅੱਛੀ ਹਾਂਡੀ ਤੈਨੂੰ ਆਪ ਕਹੇਗੀ ਆ ਜਾ। ਮੈਂ ਪੈਂਟ ਸ਼ਰਟ ਪਾ ਕੇ ਆਪਣੇ ਮਾਂ ਪਿਓ ਨੂੰ ਮਿਲ ਲਵਾਂ। ਅਰੇ ਮੈਂ ਬਚਣਾ ਕਿ ਨਹੀਂ ਬਚਣਾ? ਨਹੀਂ ਤੂੰ ਬਚਣਾ ਵਾ, ਤੂੰ ਪਾ ਤਾਂ ਸਹੀ ਜੇ ਤੈਨੂੰ ਕਹਿਣ ਦਾ ਤੂੰ ਪਾ। ਸਲਾਮੀ ਦੇ ਕੇ ਕਿਹੜਾ ਰੱਖ ਲਓ, ਵਾਪਸ ਤੇ ਮੈਂ ਲੈਣੀ ਨਹੀਂ। ਨਹੀਂ ਮੈਂ ਕਿਹੜਾ ਹੋਣਾ ਵਾ, ਤੈਨੂੰ ਅਸੀਂ ਇੱਕ ਪੈਂਟ ਵੀ ਦਿਆਂਗੇ। ਕਿਹੜੀ? ਨਲਾਉਣ ਤੋਂ ਪਹਿਲੇ ਤੈਨੂੰ ਪਾਣਗੇ। ਕਿੰਨੇ ਪੈਸੇ? ਜਿੰਨੇ ਦਿਲ ਕਰਦਾ ਦੇਵੇ। ਮੇਰੇ ਆਖਰੀ ਲਿਬਾਸ ਦੇ ਕਿੰਨੇ ਪੈਸੇ? ਕਿੰਨੇ ਦੇ ਦਿਓ? 6, 4, 9, 5, 26 ਛੱਬੀ ਸ਼੍ਰੀ ਜੈਦ ਤੇਰਾ ਬਣ ਗਿਆ 2100। ਸਾਰਾ ਹਿਸਾਬ ਲਾ ਲਿਆ? ਹਾਂ ਇਹ ਹਜੇ ਮੈਂ ਪਾ ਕੇ ਜਾ ਕੇ ਵੀ ਹਿਸਾਬ ਦੇਣਾ। ਕੁਝ ਘੱਟ ਕਰੋਗੇ? ਹੋ ਗਏ ਹੋ ਗਏ ਘੱਟ। ਮੈਂ ਜਦੋਂ ਮੈਂ ਕੱਪੜੇ ਪਾਵਾਂ ਉੱਥੇ ਇਹ ਨਾ ਕਿਹਾ ਇਹਦੇ ਵੱਲ ਪਕਾਇਆ ਰਹਿੰਦੇ। ਨਹੀਂ ਅਸੀਂ ਵੀ ਮਰਨਾ। ਤੁਸੀਂ ਪਹਿਲਾਂ ਪਾ ਲਓ ਮੇਰੇ। ਨਹੀਂ ਲੈ ਜਾ ਲੈ ਜਾ।